ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਭਾਜਪਾ ਦੇ ਨਾਲ ਰਹੇ ਆ ਉਹਨਾਂ ਦਾ ਫਾਰਮੂਲਾ ਪੱਕਾ ਹੀ ਇਹ ਏਜੰਡਾ ਹੈ ਝੂਠ ਬੋਲੋ ਝੂਠ ਬੋਲੋ ਝੂਠ ਬੋਲੋ ਜਾਂਦੇ ਨੂੰ ਸਿਕਸਾ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀ ਆਹ ਨੌਜਵਾਨ ਅਸੀਂ ਚਲਾਏ ਆ ਉਦੋਂ ਮੈਂ ਕਾਊਂਟਰ ਕੀਤਾ ਵੀ ਤੁਸੀਂ ਝੂਠ ਕਿਉਂ ਬੋਲਦੇ ਬਿਲਕੁਲ ਕੋਈ ਸ਼ਰਮ ਹੈ ਨਹੀਂ ਜੋ ਇੱਦਾਂ ਦੇ ਕਲੇਮ ਕਰਦਾ ਮੈਨੂੰ ਨਹੀਂ ਪਤਾ ਉਹ ਕਲੇਮ ਕਰਦਾ ਕਿ ਨਹੀਂ ਕੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਚੋਣਾਂ ਵਿੱਚ ਲਾਹਾ ਲੈਣ ਲਈ ਕਿਸਾਨਾਂ ਦੀਆਂ ਜ਼ਮਾਨਤਾਂ ਦਾ ਗੁੱਡਾ ਆਪਣੇ ਸਿਰ ਬੰਨਣ ਦੀ ਹੋਸ਼ੀ ਸਿਆਸਤ ਕਰ ਰਹੇ ਹਨ? ਇਹ ਇਲਜ਼ਾਮ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਹਨ। ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਭਾਜਪਾ ਦੇ ਨਾਲ ਰਹੇ ਆ ਉਹਨਾਂ ਦਾ ਫਾਰਮੂਲਾ ਪੱਕਾ ਹੀ ਇਹ ਏਜੰਡਾ ਹੈ ਝੂਠ ਬੋਲੋ ਝੂਠ ਬੋਲੋ ਝੂਠ ਬੋਲੋ ਜਾਂਦੇ ਨੂੰ ਸਿਕਸਾ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀ ਆਹ ਨੌਜਵਾਨ ਅਸੀਂ ਚਲਾਏ ਆ ਉਦੋਂ ਮੈਂ ਕਾਊਂਟਰ ਕੀਤਾ ਵੀ ਤੁਸੀਂ ਝੂਠ ਕਿਉਂ ਬੋਲਦੇ ਬਿਲਕੁਲ ਕੋਈ ਸ਼ਰਮ ਹੈ ਨਹੀਂ ਜੋ ਇੱਦਾਂ ਦੇ ਕਲੇਮ ਕਰਦਾ ਮੈਨੂੰ ਨਹੀਂ ਪਤਾ ਉਹ ਕਲੇਮ ਕਰਦਾ ਕਿ ਨਹੀਂ। ਹਾਲਾਂਕਿ ਕਿਸਾਨ ਆਗੂ ਪਿਛਲੇ ਕਈ ਦਿਨਾਂ ਤੋਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਦੀ ਤਰਜ਼ ਤੇ ਜੇਲ੍ਹ ਵਿੱਚੋਂ ਬਾਹਰ ਆਏ ਕਿਸਾਨਾਂ ਦੇ ਸਵਾਗਤੀ ਸਮਾਰੋਹ ਕਰ ਮੇਲਾ ਲੁੱਟਣ ਤੋਂ ਖਫਾ ਸਨ। ਹੁਣ ਜਦੋਂ ਸਿਰਸਾ ਸਾਹਿਬ ਕਮੇਟੀ ਚੋਣਾਂ ਵਿੱਚ ਜ਼ਮਾਨਤਾਂ ਪਿੱਛੇ ਖੁਦ ਦੀ ਪਿੱਠ ਥਾਪੜਨ ਲੱਗੇ ਤਾਂ ਕਿਸਾਨ ਆਗੂਆਂ ਦੀ ਨਾਰਾਜ਼ਗੀ ਕੁਝ ਇਸ ਤਰ੍ਹਾਂ ਸਾਹਮਣੇ ਆਈ ਹੈ। ਰਾਜੇਵਾਲ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਅਜਿਹੇ ਸਿਆਸੀ ਡੱਡੂ ਡਰਾਮਿਆਂ ਤੋਂ ਵਰਜਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸਿਆਸੀ ਲਾਹੇ ਲਈ ਇਹ ਸਭ ਵਰਤ ਰਹੇ ਹਨ, ਉਹਨਾਂ ਨੂੰ ਬਿਲਕੁਲ ਸ਼ਰਮ ਹਯਾ ਨਹੀਂ ਹੈ। ਮੈਨੂੰ ਤਾਂ ਅਫਸੋਸ ਹੁੰਦਾ, ਹਾਸਾ ਵੀ ਹੁੰਦਾ ਇਹਨਾਂ ਲੋਕਾਂ ਤੇ, ਬਿਲਕੁਲ ਕੋਈ ਸ਼ਰਮ ਹਯਾ ਨਹੀਂ ਜੋ ਇੱਦਾਂ ਦੇ ਕਲੇਮ ਕਰਦਾ ਮੈਨੂੰ ਨਹੀਂ ਪਤਾ ਉਹ ਕਲੇਮ ਕਰਦਾ ਕਿ ਨਹੀਂ। ਜੋ ਤੁਸੀਂ ਕਹਿੰਦੇ ਜੋ ਇਹ ਕਲੇਮ ਕਰਦਾ ਇਦੋਂ ਵੱਡੀ ਬੇਹਯਾਈ ਹੋਰ ਕੋਈ ਹੋ ਨਹੀਂ ਸਕਦੀ। ਔਰ ਅਸਲੀਅਤ ਇਹ ਹੈ ਬਈ ਸਾਨੂੰ ਇੱਥੇ ਮੋਰਚੇ ਤੇ ਕਦੇ ਲੱਭੇ ਨਹੀਂ ਹੋ ਰਜਿੰਦਰ ਸਿੰਘ ਸਿਰਸਾ ਦੀ, ਅਸੀਂ ਇੱਥੇ 4.5 ਮਹੀਨੇ ਤੋਂ ਬੈਠੇ ਹਾਂ, ਕਦੇ ਮੈਂ ਨਹੀਂ ਸ਼ਕਲ ਦੇਖੀ, ਮੇਰੇ ਸਾਥੀਆਂ ਨੇ ਵੀ ਇੱਥੇ ਟੀਵੀ ਤੇ ਤਾਂ ਦੇਖ ਲਿਆ ਹੋਊ, ਅਖਬਾਰ ਚ ਫੋਟੋ ਦੇਖ ਲਈ ਹੋਣੀ ਹੈ, ਇੱਥੇ ਅਸੀਂ ਕਦੇ ਸ਼ਕਲ ਨਹੀਂ ਦੇਖੀ, ਨਾ ਕਦੇ ਸੁਖਵੀਰ ਬਾਦਲ। ਅਸਲ ਵਿੱਚ ਦਿੱਲੀ ਕਮੇਟੀ ਚੋਣ ਮੁਹਿੰਮ ਵਿੱਚ ਸਿਰਸਾ ਸਾਹਿਬ ਆਪਣੇ 2 ਸਾਲ ਬੇਮਿਸਾਲ ਦੀ ਕੋਈ ਮਿਸਾਲ ਸੰਗਤ ਨੂੰ ਦੇਣ ਦੀ ਥਾਂ ਅੱਜ ਕੱਲ ਕਿਸਾਨਾਂ ਦੀਆਂ ਜ਼ਮਾਨਤਾਂ ਦਾ ਮੁੱਦਾ ਖੂਬ ਉਭਾਰ ਰਹੇ ਹਨ। ਦਿੱਲੀ ਕਮੇਟੀ ਚੋਣਾਂ ਲਈ ਇਹ ਮੁੱਦੇ ਸਿੱਖ ਸੈਂਟੀਮੈਂਟ ਨਾਲ ਜੋੜ ਸਿਆਸੀ ਲਾਹਾ ਲੈਣ ਤੋਂ ਕਿਸਾਨ ਜਥੇਬੰਦੀਆਂ ਨੂੰ ਵੱਡੇ ਇਤਰਾਜ਼ ਹਨ। ਜਿਸ ਤਰ੍ਹਾਂ ਕਿਸਾਨ ਨੌਜਵਾਨਾਂ ਦੀ ਜੇਲ੍ਹ ਵਿੱਚੋਂ ਜ਼ਮਾਨਤ ਦਾ ਪੂਰਾ ਕ੍ਰੈਡਿਟ ਸਿਰਸਾ ਸਾਹਿਬ ਖੁਦ ਲੈ ਗਏ ਅਤੇ ਸਿਆਸੀ ਸਿਹਰਾਬੰਦੀ ਦੀ ਪੂਰੀ ਵਿਉਂਤਬੰਦੀ ਤੇ ਉਸਦਾ ਸਾਰਾ ਕੱਚਾ ਚਿੱਠਾ ਅਤੇ ਅਸਲੀਅਤ ਖੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਤਫਸੀਲ ਨਾਲ ਸਾਰੀ ਖੇਡ ਖੋਲ ਕੇ ਰੱਖ ਦਿੱਤੀ ਹੈ। ਏਡਾ ਵੱਡਾ ਝੂਠ ਹੋਰ ਕੋਈ ਹੋ ਨਹੀਂ ਸਕਦਾ। ਅਸਲ ਚ ਅਸਲੀਅਤ ਇਹ ਹੈ ਵੀ ਅਸੀਂ ਇੱਕ ਵਕੀਲਾਂ ਦਾ ਪੈਨਲ ਬਣਾਇਆ, ਉਸ ਪੈਨਲ ਨੇ ਜਾ ਕੇ ਸਾਰੀਆਂ ਕੋਰਟਾਂ ਚੋਂ ਕੋਈ 150 ਨੌਜਵਾਨ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਕਰਾਈਆਂ, ਬਲਕਿ ਕੋਰਟ ਨੇ ਇੱਕ ਆਪਣੇ ਆਰਡਰ ਵਿੱਚ ਪਾਸ ਕੀਤਾ ਸੀ ਕੁਝ ਮਾਮੂਲੀ ਜੀ ਰਕਮ, ਉਹ ਜਿਹੜੀ ਜ਼ਮਾਨਤ ਦੀ ਸੀ ਕੈਸ਼ ਵੀ ਲੈਂਦੇ ਸੀ ਉਹ ਵੀ ਅਸੀਂ ਦਿੱਤੀ। ਜਦੋਂ ਉੱਥੇ ਸਾਰੇ ਨੌਜਵਾਨ ਜੇਲ੍ਹ 'ਚ ਸੀ ਉਹਨੂੰ 3-3 ਹਜ਼ਾਰ ਰੁਪਇਆ ਖਰਚ ਕਰਨ ਵਾਸਤੇ ਵੀ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਖਿਆ ਹੈ। ਹੁੰਦਾ ਇਹ ਹੈ ਵੀ ਦਿੱਲੀ ਦੀਆਂ ਜੇਲ੍ਹਾਂ 'ਚੋਂ ਰਾਤ ਨੂੰ 11-12 ਵਜੇ ਤੱਕ ਰਿਹਾਈ ਹੁੰਦੀ ਹੈ, ਤੇ ਸਾਡੇ ਵਕੀਲ ਉਹਨਾਂ ਨੂੰ ਰਿਹਾਈ ਕਰਾਉਣ ਤੱਕ ਉੱਥੇ ਜੇਲ੍ਹ ਦੇ ਦਰਵਾਜ਼ੇ ਤੇ ਬੈਠੇ ਰਹਿੰਦੇ ਸੀ। ਜਦੋਂ ਉਹ ਰਿਹਾ ਹੋ ਕੇ ਬਾਹਰ ਆਉਂਦੇ ਸੀ ਤੇ ਫਾਰਮੈਲਿਟੀਜ਼ ਕੰਪਲੀਟ ਹੁੰਦੀਆਂ ਸੀ, ਉਹਨਾਂ ਨੂੰ ਰਹਿਣ ਵਾਸਤੇ ਰਾਤ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਛੱਡ ਦਿੰਦੇ ਸੀ। ਫਿਰ ਦੂਜੇ ਦਿਨ ਜਦ ਨੂੰ ਪ੍ਰੈਸ ਕਾਨਫਰੰਸ ਦਾ ਵੇਲਾ ਹੁੰਦਾ ਸੀ ਉਹ ਵਿਚਾਰੇ ਸਾਰਾ ਦਿਨ ਸਾਰੀ ਰਾਤ ਹਫਦੇ ਹੋਏ ਵਕੀਲ ਨੈਚੁਰਲੀ, ਫਿਰ ਦੂਜੇ ਦਿਨ ਥੋੜ੍ਹਾ ਲੇਟ ਹੋ ਜਾਂਦੇ ਸੀ ਤੇ ਜਾਂਦੇ ਨੂੰ ਸਿਕਸਾ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀ ਆਹ ਨੌਜਵਾਨ ਅਸੀਂ ਚਲਾਏ ਆ ਨੌਜਵਾਨ। ਫਿਰ 1-2 ਵਾਰ ਕਾਊਂਟਰ ਕੀਤਾ ਵੀ ਤੁਸੀਂ ਝੂਠ ਕਿਉਂ ਬੋਲਦੇ ਔਰ ਮੰਨੇ ਮੀਡੀਆ ਦੇ ਸਾਹਮਣੇ ਵੀ ਹਾਂ ਇਹ ਸਾਰਾ ਕੰਮ ਤਾਂ ਸੰਯੁਕਤ ਕਿਸਾਨ ਮੋਰਚਾ ਕਰਦਾ ਹੈ। ਉਦੋਂ ਹੁਣ ਅੱਜ ਵੋਟਾਂ 'ਚ ਇਹਦਾ ਲਾਹਾ ਲੈਣ ਵਾਸਤੇ ਝੂਠ ਬੋਲੀ ਜਾਂਦਾ, ਝੂਠ ਬੋਲਣ ਵਾਲੇ ਬੰਦੇ ਦਾ ਇਲਾਜ ਕਿਸੇ ਕੋਲ ਕੋਈ ਨਹੀਂ ਹੁੰਦਾ। ਜੇਲ੍ਹਾਂ ਵਿੱਚੋਂ ਬਾਹਰ ਆਉਂਦੇ ਨੌਜਵਾਨਾਂ ਨੂੰ ਸਰੋਪੇ ਪਾਉਂਦੇ, ਤਸਵੀਰਾਂ ਖਿਚਵਾਉਂਦੇ, ਫਿਰ ਮੀਡੀਆ ਸਾਹਮਣੇ ਉਹਨਾਂ ਦੀ ਰਿਹਾਈ ਲਈ ਕੈਮਰਿਆਂ ਸਾਹਮਣੇ ਆਪਣੀ ਕੰਡ ਥਾਪੜਦੇ ਸਿਰਸਾ ਸਾਹਿਬ, ਹੁਣ ਦਿੱਲੀ ਕਮੇਟੀ ਚੋਣਾਂ ਵਿੱਚ ਕਿਸਾਨਾਂ ਦੀ ਰਿਹਾਈ ਦੇ ਮੁੱਦੇ ਤੇ ਦਿੱਲੀ ਦੀ ਸੰਗਤ ਤੋਂ ਵੋਟਾਂ ਮੰਗਣ ਲੱਗੇ ਤਾਂ ਕਿਸਾਨ ਆਗੂਆਂ ਨੇ ਇਸ ਤੇ ਸਵਾਲ ਚੁੱਕੇ ਹਨ। ਸਿਆਸੀ ਲਾਹੇ ਲਈ ਇਸ ਨੂੰ ਇਸ ਤਰ੍ਹਾਂ ਵਰਤਣਾ ਦਰੁਸਤ ਨਹੀਂ ਹੈ। ਬਲਬੀਰ ਸਿੰਘ ਰਾਜੇਵਾਲ ਦਾ ਤਾਂ ਕਹਿਣਾ ਹੈ ਕਿ ਕਿਸਾਨਾਂ ਦੀਆਂ ਜ਼ਮਾਨਤਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਕੋਈ ਰੋਲ ਨਹੀਂ, ਜ਼ਮਾਨਤਾਂ ਲਈ ਸੰਯੁਕਤ ਕਿਸਾਨ ਮੋਰਚੇ ਦਾ ਬਕਾਇਦਾ ਵਕੀਲਾਂ ਦਾ ਪੈਨਲ ਸੀ। ਰਾਜੇਵਾਲ ਮੁਤਾਬਕ ਸੰਯੁਕਤ ਮੋਰਚੇ ਨੇ ਜੇਲ੍ਹਾਂ ਵਿੱਚ ਬੰਦ ਕਿਸਾਨ ਨੌਜਵਾਨਾਂ ਨੂੰ 3-3 ਹਜ਼ਾਰ ਦੀ ਵਿੱਤੀ ਮਦਦ ਕੀਤੀ। ਵਕੀਲਾਂ ਦਾ ਸਾਡਾ ਪੈਨਲ ਦਿਨ ਰਾਤ ਜ਼ਮਾਨਤਾਂ ਲਈ ਲੱਗਾ ਰਿਹਾ,
पर साड़ी मजबूरी सी कि जमानता देर शाम तक जां देर रात होण कारण किसान रात नूं गुरद्वारा रकाबगंज साहब विच रुकदे सन जिथे सिरसा साहब मीडिया अगे उन्हां नूं पेश कर जमानता दा सारा क्रैडिट खुद लै जांदे सन। इहदे विच कोई सच्चाई नहीं, रत्ती पर कोई सच्चाई नहीं जिहड़ा कुछ क्लेम करदे आ। टोटल काम जिहड़ा नौजवानां दी रिहाई दा सारा साडे वकीलां दे पैनल ने कराया और इत्थे असीं स्टेज दे पिछे एक वकील बिठाई रखिया जिहड़े जिन्ने बच्चे अंदर सी उन्हां दे पेरेंट्स नूं कहा सी इत्थों ते डिक्लेयर कीता सी वी वकालतनामा इत्थे आ के साइन कर लो। इत्थे आ के वकाल उन्हां नूं तां इह वी नहीं पता होणा वी किहड़े किहड़े मुंडे असीं छडाए आ। ਉਹ ਤਾਂ ਇਹ ਆ ਵੀ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਚਿਹਰਾ ਦਿਖਾ ਦਿੰਦੇ ਸੀ, ਕਲੇਮ ਕਰ ਲੈਂਦੇ ਸੀ, ਜਦੋਂ ਅਸੀਂ ਪੜਿਆ ਵੀ ਇਹ ਕੀ ਕਰਦੇ ਹੋ ਤੇ ਫਿਰ ਮੰਨ ਗਏ ਵੀ ਹਾਂ ਇਹ ਤਾਂ ਸਾਰਾ ਕੁਝ ਕਿਸਾਨ ਮੋਰਚੇ ਵਾਲੇ ਕਰਦੇ ਨੇ। ਮੈਨੂੰ ਅਫਸੋਸ ਹੈ ਜੋ ਇਸ ਗੱਲ ਨੂੰ ਉਹ ਵੋਟਾਂ ਵਾਸਤੇ ਵਰਤਦੇ ਹੈ, ਇਹ ਕਿਸਾਨ ਅੰਦੋਲਨ ਹੈ, ਉਹਨਾਂ ਨੂੰ ਏਡੀ ਹੋਚੀ ਸਿਆਸਤ ਕਰਨੀ ਨਹੀਂ ਚਾਹੀਦੀ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਤਾਂ ਇਸ ਤਰ੍ਹਾਂ ਦੇ ਸਿਆਸੀ ਸਟੰਟ ਲਈ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਹੈ ਕਿ ਕਿਸ ਤਰ੍ਹਾਂ ਗੁਰਦੁਆਰਿਆਂ ਵਿੱਚ ਰਾਤ ਨੂੰ ਠਹਿਰਨ ਦਾ ਪ੍ਰਬੰਧ ਕਰਕੇ ਹੀ ਉਹ ਜ਼ਮਾਨਤਾਂ ਦਾ ਪੂਰਾ ਕ੍ਰੈਡਿਟ ਲੈ ਗਏ ਅਤੇ ਹੁਣ ਕਮੇਟੀ ਚੋਣਾਂ ਵਿੱਚ ਇਸ ਦਾ ਸਿਆਸੀ ਲਾਹੇ ਲਈ ਇਸਤੇਮਾਲ ਕਰ ਰਹੇ ਹਨ। ਉਹਨਾਂ ਨੇ ਸਖ਼ਤ ਲਹਿਜੇ ਵਿੱਚ ਸਿਰਸਾ ਸਾਹਿਬ ਨੂੰ ਇਸ ਤੋਂ ਵਰਜਿਆ ਹੈ। ਹਾਲਾਂਕਿ ਦਿੱਲੀ ਤੋਂ ਵਿਰੋਧੀ ਧਿਰਾਂ ਵੱਲੋਂ ਤਾਂ ਮਨਜਿੰਦਰ ਸਿੰਘ ਸਿਰਸਾ ਤੇ ਇਲਜ਼ਾਮ ਇਹ ਵੀ ਲਗਾਏ ਗਏ ਕਿ 26 ਜਨਵਰੀ ਤੋਂ ਪਹਿਲਾਂ ਸਿਰਸਾ ਸਾਹਿਬ ਨੇ ਕਿਸਾਨਾਂ ਨੂੰ ਉਕਸਾਇਆ, ਬਾਅਦ ਵਿੱਚ 26 ਜਨਵਰੀ ਤੋਂ ਬਾਅਦ ਅਚਾਨਕ ਖੁਦ ਰੂਪੋਸ਼ ਹੋ ਗਏ। ਖੈਰ ਬਤੌਰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦਾ ਪ੍ਰਧਾਨ ਹੁੰਦਿਆਂ ਜੇਲ੍ਹਾਂ ਵਿੱਚ ਡੱਕੇ ਜ਼ਿਆਦਾਤਰ ਸਿੱਖ ਨੌਜਵਾਨਾਂ ਦੀਆਂ ਜ਼ਮਾਨਤਾਂ ਉਹਨਾਂ ਦੀ ਫਿਕਰ ਕਰਨੀ ਸਿਰਸਾ ਸਾਹਿਬ ਦਾ ਇਖਲਾਕੀ ਫਰਜ਼ ਵੀ ਸੀ, ਜ਼ਿੰਮੇਵਾਰੀ ਵੀ ਸੀ। ਉਹਨਾਂ ਨੇ ਭੱਜ ਦੌੜ ਕੋਸ਼ਿਸ਼ਾਂ ਕੀਤੀਆਂ ਵੀ ਹੋਣਗੀਆਂ, ਪਰ ਵੱਡਾ ਸਵਾਲ ਹੈ ਕਿ ਕੀ ਇਸ ਤਰ੍ਹਾਂ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਉਣਾ, ਕਿਸਾਨਾਂ ਲਈ ਲੰਗਰ ਲਾਉਣ ਵਰਗੇ ਮੁੱਦਿਆਂ ਨੂੰ ਵੋਟਾਂ ਲੈਣ ਲਈ ਮੁੱਦੇ ਬਣਾ ਕੇ ਪੇਸ਼ ਕਰਨਾ ਕੀ ਦਰੁਸਤ ਹੈ? ਚੋਣਾਂ ਗੁਰਦੁਆਰਾ ਕਮੇਟੀ ਦੀਆਂ ਹਨ, ਸੋ ਉਹ ਸੰਗਤ ਵਿੱਚ ਆਪਣੀ ਪ੍ਰਧਾਨਗੀ ਦੌਰਾਨ ਆਪਣੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਲੈ ਕੇ ਜਾਣ, ਨਾ ਕਿ ਇਸ ਤਰ੍ਹਾਂ ਦੇ ਮਸਲਿਆਂ ਨੂੰ ਭਾਵੁਕ ਰੰਗ ਦੇ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ। ਕਿ ਸਿਰਸਾ ਸਾਹਿਬ ਨੂੰ ਆਪਣੇ 2 ਸਾਲ ਬੇਮਿਸਾਲ ਦੇ ਨਾਅਰੇ ਉੱਪਰ ਯਕੀਨ ਨਹੀਂ, 2 ਸਾਲਾਂ ਦੀ ਆਪਣੀ ਕਾਰਗੁਜ਼ਾਰੀ ਦਾ ਕੋਈ ਕੰਮ ਉਹਨਾਂ ਕੋਲ ਗਣਵਾਉਣ ਯੋਗ ਨਹੀਂ ਕਿ ਇਸ ਤਰ੍ਹਾਂ ਦੇ ਮੁੱਦੇ ਉਹ ਕਮੇਟੀ ਚੋਣਾਂ ਵਿੱਚ ਉਭਾਰ ਰਹੇ ਹਨ? ਇਹ ਆਪਣੇ ਆਪ ਵਿੱਚ ਵੱਡਾ ਤੇ ਬੁਨਿਆਦੀ ਸਵਾਲ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।